ਦੋਸਤੋ, ਮਿੱਤਰ ਸਿੰਘ ਮੀਤ ਜਿੱਥੇ ਇੱਕ ਵਧੀਆ ਸਾਹਿਤਕਾਰ ਨੇ, ਉੱਥੇ ਬਹੁਤ ਵਧੀਆ ਕਾਨੂੰਨਦਾਨ ਵੀ ਨੇ। ਕਈ ਸੰਸਥਾਵਾਂ ਨੇ ਇਹਨਾਂ ਤੋਂ ਕਾਨੂੰਨ ਸੰਬੰਧੀ ਕੰਮ ਕਰਵਾਇਆ ਹੈ, ਇਹਨਾਂ ਨੇ ਕਿਤਾਬਾਂ ਲਿਖੀਆਂ ਨੇ। ਸੋ ਅੱਜ ਅਸੀਂ ਜਿਹੜੀ ਜਾਣਕਾਰੀ ਇਹਨਾਂ ਤੋਂ ਲੈਣੀ ਹੈ ਉਹ FIR ਸੰਬੰਧੀ ਹੈ। ਸੋ ਸਭ ਤੋਂ ਮੁੱਢਲਾ ਜਦੋਂ ਸਾਡਾ ਵਾਹ ਪੈਂਦਾ ਹੈ ਕਿਸੇ ਥਾਣੇ ਦੇ ਵਿੱਚ ਤਾਂ FIR ਕਰਵਾਈ ਜਾਂਦੀ ਹੈ। ਅਸੀਂ ਸ਼ੁਰੂ ਤੋਂ ਲੈ ਕੇ FIR ਬਾਰੇ ਮਿੱਤਰ ਸਿੰਘ ਮੀਤ ਜੀ ਤੋਂ ਪੁੱਛਾਂਗੇ। ਤਾਂ ਮੀਤ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਕਿ FIR ਕੀ ਹੈ ਅਤੇ ਇਹ ਕਦੋਂ, ਜਿਹਨੂੰ ਪਰਚਾ ਵੀ ਕਿਹਾ ਜਾਂਦਾ ਹੈ, ਅਤੇ ਇਹ ਕਦੋਂ ਦਰਜ ਕਰਵਾਈ ਜਾਂਦੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਖੁਦਾ ਨਾ ਖਾਸਤਾ ਜੇ ਕਿਸੇ ਵਿਅਕਤੀ ਵਿਰੁੱਧ ਕੋਈ ਜੁਰਮ ਹੋ ਜਾਵੇ ਤਾਂ ਕਾਨੂੰਨ ਇਹ ਮੰਗ ਕਰਦਾ ਵੀ ਉਸ ਨੂੰ ਸਭ ਤੋਂ ਪਹਿਲਾਂ ਪੁਲਿਸ ਕੋਲ ਜਾ ਕੇ ਉਸ ਸੂਚਨਾ ਬਾਰੇ ਇਤਲਾਹ ਦੇਣੀ ਚਾਹੀਦੀ ਹੈ। ਤਾਂ ਪੁਲਿਸ ਨੂੰ ਜਦੋਂ ਕਿਸੇ ਜੁਰਮ ਦੇ ਹੋਣ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਫਸਟ ਇਨਫੋਰਮੇਸ਼ਨ ਰਿਪੋਰਟ, ਇਹਨੂੰ ਸ਼ੋਰਟ ਕਰਕੇ ਅਸੀਂ ਬਣਾਇਆ ਹੋਇਆ FIR, ਅਤੇ ਪੰਜਾਬੀ ਦੇ ਵਿੱਚ ਇਹਨੂੰ ਕਹਿ ਦਿੰਦੇ ਹਾਂ ਅਸੀਂ ਪਹਿਲੀ ਸੂਚਨਾ ਰਿਪੋਰਟ ਜਾਂ ਪਰਚਾ ਜਾਂ ਦਰਜ ਮੁਕੱਦਮਾ ਦਰਜ ਹੋਣਾ ਅਸੀਂ ਇਹਨੂੰ ਕਹਿੰਦੇ ਹਾਂ। ਤਾਂ ਇੱਕ ਗੱਲ ਪਹਿਲਾਂ ਸਮਝ ਲਈਏ ਪਰਚੇ ਨੂੰ ਹੋਰ ਵਿਸਥਾਰ ਨਾਲ ਦੱਸਣ ਲਈ ਵੀ ਕੀ ਹੁੰਦਾ। ਕਾਨੂੰਨ ਨੇ ਜੁਰਮ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਕਿਸਮ ਦੇ ਉਹ ਜੁਰਮ ਨੇ ਜਿਹੜੇ ਬਹੁਤ ਗੰਭੀਰ ਤਰ੍ਹਾਂ ਦੇ ਹੁੰਦੇ ਆ, ਜਿਵੇਂ ਕਤਲ ਹੈ, ਬਲਾਤਕਾਰ ਹੈ, ਚੋਰੀ ਹੈ, ਕੋਈ ਗਬਨ ਹੋ ਗਿਆ, ਕੋਈ ਹੇਰਾ ਫੇਰੀ ਹੋ ਗਈ, 420 ਹੋ ਗਈ। ਤਾਂ ਅਜਿਹੇ ਜੁਰਮਾਂ ਦੇ ਵਿੱਚ ਪੁਲਿਸ ਹੈ ਜਿਹੜੀ, ਉਹਦੀ ਕਾਰਵਾਈ ਪੁਲਿਸ ਨੂੰ ਕਰਨੀ ਪੈਂਦੀ ਹੈ ਔਰ ਉਹ ਕਰਨੀ ਉਹਦੇ ਲਈ ਜ਼ਰੂਰੀ ਹੈ, ਉਹਦੀ ਡਿਊਟੀ ਹੈ। ਜਿਵੇਂ ਕਤਲ ਦੇ, ਜਿਵੇਂ ਮੈਂ ਦੱਸਿਆ, ਇਹ ਜੁਰਮ ਨੇ। ਤਾਂ ਅਜਿਹੇ ਜੁਰਮਾਂ ਦੇ ਵਿੱਚ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਉਹ ਪਹਿਲਾਂ ਆਪਣੀ ਇੱਕ ਰਜਿਸਟਰ ਹੁੰਦਾ ਜਿਹਨੂੰ FIR ਰਜਿਸਟਰ ਕਹਿੰਦੇ ਹਾਂ, ਉਹਦੇ ਵਿੱਚ ਸੂਚਨਾ ਦਰਜ ਕਰਕੇ ਕਾਰਵਾਈ ਸ਼ੁਰੂ ਕਰਦੀ ਹੈ। ਦੂਜੀ ਤਰ੍ਹਾਂ ਦੇ ਕਿਸਮ ਦੇ ਜੁਰਮ ਨੇ ਜਿਹੜੇ ਬਹੁਤ ਛੋਟੇ ਛੋਟੇ ਜੁਰਮ ਹੁੰਦੇ ਆ, ਉਹ ਜੁਰਮ ਤਾਂ ਹਨ, ਉਹਨਾਂ ਨੂੰ ਜੁਰਮ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਹਦੇ ਵਿੱਚ ਵੀ ਸਜ਼ਾ ਹੁੰਦੀ ਹੈ ਦੋਸ਼ੀ ਨੂੰ ਉਹ ਜੁਰਮ ਕਰਨ ਲਈ। ਪਰ ਕਿਉਂਕਿ ਛੋਟੀ ਤਰ੍ਹਾਂ ਦੇ ਹੁੰਦੇ ਨੇ, ਨਿੱਜੀ ਜਿਹੇ ਤਰ੍ਹਾਂ ਦੇ ਹੁੰਦੇ ਆ, ਗੰਭੀਰ ਨਹੀਂ ਹੁੰਦੇ, ਇਸ ਲਈ ਕਾਨੂੰਨ ਕਹਿੰਦਾ ਵੀ ਪੁਲਿਸ ਉਹਦੇ ਵਿੱਚ ਦਖਲ ਨਹੀਂ ਦੇਊਗੀ। ਤਾਂ ਅਜਿਹੇ ਜੁਰਮਾਂ ਦੇ ਵਿੱਚ ਜਿਹੜੀ ਪੁਲਿਸ ਹੈ, ਜੇ ਸੂਚਨਾ ਮਿਲ ਵੀ ਜਾਵੇ ਤਾਂ ਉਹ FIR ਦਰਜ ਨਹੀਂ ਕਰਦੀ ਕਿਉਂਕਿ ਉਹਨੇ ਕੋਈ ਕਾਰਵਾਈ ਨਹੀਂ ਕਰਨੀ ਹੁੰਦੀ। ਇਹਦੇ ਲਈ ਆਪਾਂ ਇੱਕ ਉਦਾਹਰਣ ਦੇਈਏ ਛੋਟੇ ਜੁਰਮਾਂ ਦੀ। ਤਾਂ ਜੇ ਕਿਸੇ ਦੇ ਥੱਪੜ ਮੁੱਕੇ ਮੱਜੇ ਹੈ, ਛੋਟੇ ਛੋਟੀਆਂ ਕੋਈ ਝਰੀਟਾਂ ਵੱਜੀਆਂ, ਉਹ ਜਿਹੜਾ ਜੁਰਮ ਹੈ 323 ਧਾਰਾ IPC ਦੀ ਬਣਦੀ ਹੈ, ਉਹਦੀ ਸਜ਼ਾ ਵੀ ਥੋੜ੍ਹੀ ਜਿਹੀ ਹੈ। ਇਸੇ ਤਰ੍ਹਾਂ ਹੀ ਕੋਈ ਪਤੀ ਪਤਨੀ ਦੇ ਜਿਉਂਦੇ ਹੋਏ, ਪਤੀ ਦੇ ਜਿਉਂਦੇ ਪਤਨੀ ਜਾਂ ਪਤਨੀ ਦੇ ਜਿਉਂਦੇ ਪਤੀ ਜੇ ਦੂਜਾ ਵਿਆਹ ਕਰਾ ਲੈਂਦਾ ਤਾਂ ਉਹ ਵੀ ਇੱਕ ਜੁਰਮ ਹੈ ਜਿਹਦੇ ਉੱਤੇ ਵੀ ਧਾਰਾ 494 IPC ਦੀ ਲੱਗਦੀ ਹੈ। ਇਸੇ ਤਰ੍ਹਾਂ ਕੋਈ ਆਪਣੀ ਬਦਨਾਮੀ ਕਰ ਦਿੰਦਾ, ਕੋਈ ਖਬਰ ਲਾਤੀ, ਕੋਈ ਇਸ਼ਤਿਹਾਰ ਕੱਢਤਾ, ਕਿਸੇ ਰੇਡੀਓ TV ਦੇ ਉੱਤੇ ਕੋਈ ਬਦਨਾਮੀ ਵਾਲੀ ਗੱਲ ਕਰਤੀ, ਤਾਂ ਇਹ ਵੀ ਜੁਰਮ ਹੈ ਜਿਹਨੂੰ ਅਸੀਂ ਮਾਣਹਾਨੀ ਦਾ ਜੁਰਮ ਕਹਿੰਦੇ ਹਾਂ। ਇਹਦੇ 'ਤੇ ਵੀ ਧਾਰਾ 500 IPC ਦੀ ਲੱਗਦੀ ਹੈ। ਪਰ ਇਹ ਜੁਰਮ ਕਿਉਂਕਿ ਛੋਟੇ ਹੈ, ਨਿੱਜੀ ਹੈ, ਕਾਨੂੰਨ ਇਹ ਕਹਿੰਦਾ ਵੀ ਜੇ ਕਿਸੇ ਨੇ, ਪਤਨੀ ਨੇ ਕਿਸੇ ਦੀ ਨੇ ਜਾਂ ਪਤੀ ਨੇ ਵਿਆਹ ਕਰਾ ਲਿਆ ਤਾਂ ਉਹਦੀ ਤਕਲੀਫ ਇਕੱਲੇ ਦੂਜੇ ਉਹਦੀ ਪਤਨੀ ਜਾਂ ਪਤੀ ਨੂੰ ਹੈ, ਪਬਲਿਕ ਨੇ ਕੀ ਲੈਣਾ, ਪੁਲਿਸ ਨੇ ਕੀ ਲੈਣਾ, ਸਰਕਾਰ ਨੇ ਕੀ ਲੈਣਾ। ਇਸੇ ਤਰ੍ਹਾਂ ਜੇ ਕਿਸੇ ਦੀ ਬਦਨਾਮੀ ਹੋ ਗਈ, ਅਖਬਾਰ 'ਚ ਖਬਰ ਲੱਗ ਗਈ, ਤਾਂ ਕਾਨੂੰਨ ਇਹ ਕਹਿੰਦਾ ਵੀ ਉਹ ਜੇ ਤਕਲੀਫ ਹੈ ਉਸ ਬੰਦੇ ਨੂੰ ਜਿਸ ਦੀ ਬਦਨਾਮੀ ਹੋਈ ਹੈ, ਤਾਂ ਉਹ ਜਾ ਕੇ ਕਾਰਵਾਈ ਕਰੇ ਕੋਰਟ ਦੇ ਵਿੱਚ, ਪੁਲਿਸ ਜਾਂ ਸਟੇਟ ਨੂੰ ਜਾਂ ਸਰਕਾਰ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਤਾਂ ਇਸ ਤਰ੍ਹਾਂ ਦੇ, ਪਰ ਜੇ ਪ੍ਰਾਈਵੇਟ ਬੰਦਾ ਜਾਂਦਾ ਤਾਂ ਉਸ ਨੂੰ ਇਸਤਗਾਸਾ, ਜਿਹਨੂੰ ਅਸੀਂ ਆਮ ਭਾਸ਼ਾ 'ਚ ਕਹਿੰਦੇ ਹਾਂ,
ਜਾਂ ਅੰਗਰੂਨੀ ਭਾਸ਼ਾ 'ਚ ਉਹਨੂੰ ਪ੍ਰਾਈਵੇਟ ਕੰਪਲੇਂਟ ਹੈ, ਉਹ ਖੁਦ ਜਾ ਕੇ ਕਰਨੀ ਪੈਂਦੀ ਹੈ, ਖੁਦ ਉਹਦੇ ਨਾਲ ਕਾਰਵਾਈ ਚੱਲਦੀ ਹੈ, ਉਹ 'ਚ ਸਰਕਾਰ ਦਾ, ਪੁਲਿਸ ਦਾ ਜਾਂ ਸਰਕਾਰੀ ਵਕੀਲ ਦਾ ਕੋਈ ਦਖਲ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੰਡਾਂ ਨੇ ਕਾਨੂੰਨ ਵੱਲੋਂ ਪਾਈਆਂ ਹੋਈਆਂ ਜੁਰਮਾਂ 'ਚ, ਤਾਂ ਅਸੀਂ ਅਖੀਰ ਦੇ ਵਿੱਚ ਸਮਅਪ ਕਰਨ ਲਈ, ਪ੍ਰਭਾਸ਼ਿਤ ਕਰਨ ਲਈ FIR ਨੂੰ ਇਹ ਕਹਿ ਸਕਦੇ ਹਾਂ ਵੀ ਜਦੋਂ ਕਿਸੇ ਵਿਅਕਤੀ ਦੇ ਵਿਰੁੱਧ ਕੋਈ ਜੁਰਮ ਹੋ ਜਾਂਦਾ ਤਾਂ ਉਸ ਜੁਰਮ ਦੀ ਪਹਿਲੀ ਸੂਚਨਾ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਉਸ ਨੂੰ ਅਸੀਂ ਪਹਿਲੀ ਸੂਚਨਾ ਕਹਿੰਦੇ ਹਾਂ, ਜਿਹਨੂੰ ਪਰਚਾ ਵੀ ਕਹਿ ਦਿੰਦੇ ਹਾਂ, ਰਪਟ ਵੀ ਕਹਿ ਦਿੰਦੇ ਹਾਂ, ਅਤੇ ਮੁਕੱਦਮਾ ਦਰਜ ਹੋਣਾ ਵੀ ਕਹਿ ਦਿੰਦੇ ਹਾਂ। ਪਰ ਇਹ ਜੁਰਮ ਉਹਨਾਂ ਦੇ ਵਿੱਚ ਹੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਪੁਲਿਸ ਹੈ ਜਿਹੜੀ ਦਖਲ ਦੇਵੇ, ਦਖਲ ਦੇਣਾ ਜ਼ਰੂਰੀ ਹੈ, ਕਾਰਵਾਈ ਕਰਨੀ ਜ਼ਰੂਰੀ ਹੈ। ਬਾਕੀਆਂ ਦੇ ਵਿੱਚ ਇਹ ਛੋਟੇ ਜੁਰਮਾਂ ਦੇ ਵਿੱਚ ਇਹ ਪਰਚਾ ਦਰਜ ਨਹੀਂ ਹੁੰਦਾ, FIR ਦਰਜ ਨਹੀਂ ਹੁੰਦੀ, ਉੱਥੇ ਸਿਰਫ ਜਿਹੜੀ ਹੈ ਪੁਲਿਸ ਉਹ ਰਪਟ ਦਰਜ ਕਰਦੀ, ਉਹਦੇ ਬਾਰੇ ਆਪਾਂ ਫਿਰ ਗੱਲ ਕਰਦੇ ਹਾਂ। ਤਾਂ FIR ਸਿਰਫ ਜਿਹੜੀ ਹੈਗੀ ਆ ਉਹ ਗੰਭੀਰ ਜੁਰਮਾਂ ਦੇ ਵਿੱਚ ਜਿਹਦੇ 'ਚ ਪੁਲਿਸ ਦਖਲ ਦਿੰਦੀ ਹੈ, ਕਾਰਵਾਈ ਸ਼ੁਰੂ ਕਰਦੀ ਹੈ ਜੁਰਮ ਹੋਣ 'ਤੇ, ਉਹਨਾਂ ਦੇ ਵਿੱਚ ਜੋ ਦਰਜ ਹੁੰਦੀ ਹੈ ਉਸ ਨੂੰ ਅਸੀਂ FIR ਕਹਿੰਦੇ ਹਾਂ। ਮੀ ਜੀ, ਜਿਸ ਤਰ੍ਹਾਂ ਕੋਈ ਜੁਰਮ ਹੁੰਦਾ ਹੈ ਤਾਂ ਉਹਦੇ ਵਿੱਚ ਕੀ ਸੁਵਿਧਾ ਹੈ ਕਿ ਪਰਚਾ ਜਿਹੜਾ ਉਹ ਝਟਪਟ ਹੀ ਦਰਜ ਹੋਵੇ ਜਾਂ ਕਿਸੇ ਵਕੀਲ ਦੀ ਸਲਾਹ ਦੇ ਨਾਲ ਜਾਂ